ਸਾਰੇ ਹਰਮਨ ਪਿਆਰੇ ਸਾਡੇ ਵੀਰ ਸਾਡੇ ਭਰਾ ਬਜ਼ੁਰਗ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹ ਇਹਨਾਂ ਦਿਨਾਂ ਵਿੱਚ ਵਿਸ਼ੇਸ਼ ਤੌਰ ਤੇ ਕਿਰਾਏ ਖਰਚ ਕੇ ਆਉਂਦੇ ਹਨ ਅਤੇ ਪ੍ਰਬੰਧ ਵਿੱਚ ਵੱਡਾ ਹਿੱਸਾ ਲੈਂਦੇ ਨੇ। ਭਾਈ ਮੱਖਣ ਸਿੰਘ ਹੋਣੀ, ਭਾਈ ਬਸਤੌਰ ਸਿੰਘ ਹੋਣੀ, ਬਹੁਤ ਸਾਰੇ ਹੋਰ ਗੁਰਸਿੱਖ ਜਿਹੜੇ ਇਸ ਦਿਨ ਨੂੰ ਸਮਰਪਿਤ ਹੀ ਆਉਂਦੇ ਨੇ, ਜਿਹਨਾਂ ਦਾ ਮੈਂ ਨਾਮ ਹੀ ਲੈ ਰਹਿ ਸਕਿਆ, ਉਹਨਾਂ ਤੋਂ ਵੀ ਮੈਂ ਖਿਲਣਾ ਚਾਹੁੰਦਾ। ਮਨੀਲਾ ਤੋਂ ਵਿਸ਼ੇਸ਼ ਤੌਰ ਤੇ, ਆਸਟ੍ਰੇਲੀਆ ਤੋਂ, UAE ਤੋਂ, ਇੰਗਲੈਂਡ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਇਹ ਸਾਰੇ ਗੁਰਸਿੱਖ ਜਿਹੜੇ ਇਸ ਨਗਰ ਦੇ ਵਿਸ਼ੇਸ਼ ਤੌਰ ਤੇ ਇਹਨਾਂ ਖੇਡਾਂ ਨਾਲ ਜੁੜ ਕੇ ਬੜੀ ਵੱਡੀ ਮਦਦ ਕਰਦੇ, ਉਹਨਾਂ ਦਾ ਵੀ ਧੰਨਵਾਦ। ਸੋ ਮੈਂ ਹੁਣ ਜੋ ਸ਼ਹੀਦਾਂ ਦੇ ਪਰਿਵਾਰ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਸਨਮਾਨ ਕਰਾਂਗੇ, ਉਹਨਾਂ ਨੂੰ ਬਹੁਤ ਬਹੁਤ ਜੀਵਿਆਂ ਨੂੰ। ਜੋ ਡਰਬੀ ਦੀ ਸੰਗਤ ਵੱਲੋਂ 51,000 ਰੁਪਇਆ ਇਸ ਪ੍ਰਬੰਧਕ ਕਮੇਟੀ ਨੂੰ, ਜੋ ਟੂਰਨਾਮੈਂਟ ਪ੍ਰਬੰਧਕ ਕਮੇਟੀ ਹੈ, ਅਤੇ 51,000 ਰੁਪਇਆ ਜਨਮ ਸਥਾਨ ਨੂੰ ਡਰਬੀ ਦੀ ਸੰਗਤ ਵੱਲੋਂ, ਅਤੇ ਇੰਟਰਨੈਸ਼ਨਲ ਪੱਧਰ ਦਲ ਵੱਲੋਂ ਜੋ ਦਿੱਤਾ ਗਿਆ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰੂੰਗਾ, ਮਹਾਂਪੁਰਖਾਂ ਦੇ ਸਪੁੱਤਰ ਭਾਈ ਜਤਾਰਾ ਸਾਰੀ ਸੰਗਤ ਗੱਜ ਕੇ ਬੁਲਾਓ, ਬੋਲੋ ਕੁਲਵੀਰ ਸਿੰਘ ਬੈਂਸ ਜਿਨ੍ਹਾਂ ਨੇ ਅਕੈਡਮੀ ਦੀਆਂ ਟੀਮਾਂ ਦਾ ਪ੍ਰਬੰਧ ਕੀਤਾ ਹੈ, ਉਹਨਾਂ ਨੂੰ ਸਰ ਬਹਾਦਰ ਸਾਹਿਬ ਸਰੂਪਾ ਦੇਣਗੇ। ਇਹਨਾਂ ਨੇ ਅਕੈਡਮੀਆਂ ਦਾ ਸਾਰਾ ਪ੍ਰਬੰਧ ਕੀਤਾ ਹੈ। ਅਗਲੇ ਮੈਚਾਂ ਦੀਆਂ ਅਕੈਡਮੀਆਂ ਨੂੰ ਬੇਨਤੀ ਹੈ ਵੀ ਪੂਰਾ ਆਪਣਾ ਕਲੱਬ ਮੋਗਾ ਮੋਗਾ ਤੇ ਕਪੂਰਥਲੇ ਦੀਆਂ ਟੀਮਾਂ ਅਗਲੇ ਮੈਚਾਂ ਲਈ ਜਲਦੀ ਕਮਟ ਪਹੁੰਚੋ ਜੀ। ਹਾਂਜੀ, ਮੈਚ ਦੇਣ ਲੱਗਾ ਸ਼ੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਕੱਚ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੱਡੀ ਆਪਣੀ ਮਾਂ ਖੇਡ, ਜਿੰਨਾ ਇਕੱਠ ਕਬੱਡੀ ਟੂਰਨਾਮੈਂਟ ਵਿੱਚ ਹੁੰਦਾ ਹੈ ਮੈਨੂੰ ਲੱਗਦਾ ਕਿਸੇ ਵੀ ਖੇਡ 'ਚ ਨਹੀਂ ਹੁੰਦਾ। ਜਿਵੇਂ ਪਹਿਲੇ ਕਿਹਾ ਗਿਆ, ਕਬੱਡੀ ਨੂੰ ਕੋਈ ਪੁੱਛਦਾ ਨਹੀਂ ਸੀ, ਪਿਛਲੇ 4 ਸਾਲਾਂ 'ਚ ਅੱਜ ਕਬੱਡੀ ਦੁਨੀਆ ਦੇ ਨਕਸ਼ੇ 'ਚ ਪਹੁੰਚ ਗਈ ਹੈ। 17 ਮੁਲਕਾਂ ਦੀਆਂ ਟੀਮਾਂ ਐਕਟੀ ਕਬੱਡੀ ਵਰਲਡ ਕੱਪ 'ਚ ਆਈਆਂ। ਇਸ ਸਾਲ ਜਿਹੜਾ ਕਬੱਡੀ ਵਰਲਡ ਕੱਪ ਹੋਊਗਾ 25 ਮੁਲਕਾਂ ਦੀਆਂ ਟੀਮਾਂ ਆਉਣ ਲੱਗੀਆਂ। ਸਾਰੇ ਮੁਲਕਾਂ ਵਿੱਚ ਪੰਜਾਬ ਸਰਕਾਰ ਨੇ ਆਪਣੇ ਕੋਚ ਭੇਜੇ ਹੈ, ਜਿਹੜੇ ਕੋਚ ਸਾਰੀ ਟ੍ਰੇਨਿੰਗ ਦੇਣਗੇ ਤੇ ਤੁਸੀਂ ਅਗਲਾ ਜਿਹੜਾ ਵਰਲਡ ਕੱਪ ਐਕਟੀ ਹੋਊਗਾ ਤੁਸੀਂ ਦੇਖੋਗੇ ਬਹੁਤ ਵੱਡਾ ਫਰਕ ਦੇਖੋਗੇ। ਕਈ ਦੇਸ਼ਾਂ ਦੀਆਂ ਟੀਮਾਂ ਬੜੀਆਂ ਤਕੜੀਆਂ ਦੇਖੋਗੇ ਜਿਹੜੀਆਂ ਪਹਿਲੀ ਵਾਰ ਜ਼ਿੰਦਗੀ 'ਚ ਕਬੱਡੀ ਖੇਡਦੀਆਂ। ਇਕੱਲੇ ਕਬੱਡੀ ਨਹੀਂ, ਹੁਣ ਅਸੀਂ ਹਾਕੀ ਤਰਫ ਪੂਰਾ ਧਿਆਨ ਦੇਣ ਲੱਗੇ ਹਾਂ। 8 ਵੱਡੇ ਸਟੇਡੀਅਮ ਹਾਕੀ ਦੇ ਮੈਂ ਬਣਾ ਦਿੱਤੇ ਆ, ਜਿਹੜੇ ਸਟੇਡੀਅਮ ਦੇ ਟੂਰਨਾਮੈਂਟ ਕਬੱਡੀ ਵਾਂਗੂ ਅਸੀਂ ਉਵੇਂ ਪੰਜਾਬ ਵਿੱਚ ਕਰਾਵਾਂਗੇ। ਮੈਂ ਇਸ ਸਾਲ ਕੋਈ 100 ਕਰੋੜ ਰੁਪਇਆ ਰੱਖ ਰਹੇ ਹਾਂ ਇਕੱਲਾ ਸਟੇਡੀਅਮ ਬਣਾਉਣ ਵਾਸਤੇ ਤੇ ਨੌਜਵਾਨਾਂ ਨੂੰ ਖੇਡਾਂ ਤਰਫ ਲਾਉਣ ਵਾਸਤੇ, ਖੇਡਾਂ ਨੂੰ ਅੱਗੇ ਵਧਾਉਣ ਵਾਸਤੇ। ਦੁਨੀਆਂ ਦੇ ਜਿਹੜੇ ਕੋਚ ਹੈ ਉਹ ਵੀ ਅਸੀਂ
ਬਾਹਰਲੇ ਮੁਲਕੋਂ ਕੋਚ ਮੰਗਾ ਰਹੇ ਹਾਂ, ਸਾਰੇ ਕੋਚਾਂ ਦਾ ਖਰਚਾ ਪੰਜਾਬ ਸਰਕਾਰ ਦੇਊਗੀ। ਜਿਹੜੇ ਖਿਲਾੜੀ ਚੰਗੇ ਨੌਜਵਾਨ ਖੇਡਾਂ ਤਰਫ ਰੁਚੀ ਰੱਖਦੇ ਆ, ਉਹਨਾਂ ਦੀ ਸਾਰੀ ਟ੍ਰੇਨਿੰਗ ਦਾ ਪ੍ਰਬੰਧ ਖਰਚਾ ਪੰਜਾਬ ਸਰਕਾਰ ਦੇਊਗੀ, ਤੁਹਾਡੀ ਸਰਕਾਰ ਦੇਊਗੀ। ਤੁਸੀਂ ਜਾਣਦੇ ਹੋ ਕਿ ਤੁਹਾਡੀ ਸਰਕਾਰ ਨੂੰ 6 ਸਾਲ ਹੋ ਗਏ ਬਣੇ ਨੂੰ, ਤੁਸੀਂ ਦੇਖਿਆ ਫਰਕ, ਸੋਚ ਦੇਖੀ ਹੈ। ਇੱਕੋ ਇੱਕ ਸੋਚ ਸਾਡੀ ਰਹੀ ਹੈ ਕਿ ਪੰਜਾਬ ਦੀ ਤਰੱਕੀ ਹੋਏ ਤੇ ਖਾਸ ਕਰਕੇ ਪਿੰਡਾਂ ਦੀ ਤਰੱਕੀ ਹੋਏ। ਜਿੰਨਾ ਪੈਸਾ ਪਿੰਡਾਂ 'ਚ ਆਇਆ ਬਹੁਤ ਪੈਸਾ ਆਇਆ, ਪਰ ਹਲੇ ਅਗਲੇ 3 ਸਾਲਾਂ 'ਚ ਤਾਂ ਨਜ਼ਾਰਾ ਲਿਆ ਦਾਂਗੇ। ਮੈਨੂੰ ਅਸੀਂ ਕੋਈ 12-13 ਹਜ਼ਾਰ ਕਰੋੜ ਰੁਪਇਆ ਅਸੀਂ ਇਕੱਲੇ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਅਸੀਂ ਲਾ ਰਹੇ ਹਾਂ, ਜਿਹੜਾ 3 ਸਾਲਾਂ 'ਚ ਖਰਚਿਆ ਜਾਊਗਾ। ਜਿਹੜੀਆਂ ਗਲੀਆਂ ਨਾਲੀਆਂ ਤੋਂ ਲੈ ਕੇ ਆਰਓ ਸਿਸਟਮ ਤੋਂ ਲੈ ਕੇ ਬਿਜਲੀ ਦੀ ਪ੍ਰਬੰਧ ਦੀ ਸਮੱਸਿਆ ਸਾਰੀ ਹੱਲ ਹੋ ਜਾਊਗੀ ਅਗਲੇ 3 ਸਾਲਾਂ ਦੇ ਅੰਦਰ। ਬਿਜਲੀ ਦਾ ਐਸਾ ਹੀ ਹੋ ਜਾਣੀ ਹੈ। ਦੂਜੀਆਂ ਸਮੱਸਿਆ ਤੁਸੀਂ ਦੇਖੋਗੇ ਕਿਵੇਂ ਅਸੀਂ ਹੱਲ ਕਰਦੇ ਹਾਂ। ਅਸੀਂ ਲਗਾਤਾਰ ਹੁਣ ਤਾਂ ਕਿਉਂਕਿ ਇਲੈਕਸ਼ਨ ਦਾ ਕੋਡ ਲੱਗਿਆ, ਕੋਡ ਕਰਕੇ ਸਾਰੀ ਸਰਕਾਰ ਦੇ ਕੰਮ ਠੱਪ ਹੋ ਜਾਂਦੇ ਹੈ, ਪਰ 15-20 ਦਿਨਾਂ ਦੇ ਬਾਅਦ ਕੋਡ ਖਤਮ ਹੋ ਜਾਣਾ, ਫਿਰ ਸੰਗਤ ਦਰਸ਼ਨ ਸ਼ੁਰੂ ਹੋ ਜਾਣੇ ਹੈ ਹਰ ਅਸੈਂਬਲੀ ਹਲਕੇ ਦੇ ਵਿੱਚ। ਜਿਹੜੇ ਜਿਹੜੀਆਂ ਸਮੱਸਿਆ ਤੁਹਾਡੀਆਂ ਉਸੇ ਟਾਈਮ ਤੇ ਅਸੀਂ ਹੱਲ ਕਰਾ ਦਾਂਗੇ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਹੁਣ ਮੋਗੇ ਹਲਕੇ ਦੇ ਪਿੰਡਾਂ 'ਚ ਬੋਲ ਕੇ ਆਇਆ ਤੇ ਵਾਪਸ ਮੈਂ ਮੋਗੇ ਹਲਕੇ 'ਚ ਪਹੁੰਚਣਾ ਅੱਗੇ ਲੇਟ ਹੈ। ਜਿਹੜਾ ਮੈਨੂੰ ਭਾਈ ਜਸਵੀਰ ਸਿੰਘ ਜੀ ਮੈਨੂੰ ਮਿਲੇ ਸੀ ਸਿੰਘ ਸਾਹਿਬ, ਉਹਨਾਂ ਨੇ ਪਿਛਲੀ ਵਾਰ ਆਏ ਸੀ 25 ਲੱਖ ਰੁਪਇਆ ਇਸ ਸਟੇਡੀਅਮ ਵਾਸਤੇ ਦਿੱਤਾ ਸੀ, ਪਰ ਮੈਨੂੰ ਆਏ ਸੀ ਕਿ ਸਟੇਡੀਅਮ ਵਧੀਆ ਬਣਾਉਣਾ, ਇਸ ਕਰਕੇ ਮੈਂ ਆਪਣੇ ਮਹਿਕਮੇ ਨੂੰ ਕਹਿ ਦਿੱਤਾ ਤਕਰੀਬਨ 1 ਕਰੋੜ ਰੁਪਇਆ ਹੋਰ ਲੱਗਣਾ, ਤੇ ਮੈਂ ਤੁਹਾਨੂੰ ਵਿਸ਼ਵਾਸ ਹੋਣਾ ਅਗਲੇ ਸਾਲ ਤੋਂ ਪਹਿਲੇ ਇੱਥੇ ਹੀ ਸਾਲ ਅਸੀਂ ਪੰਜਾਬ ਸਰਕਾਰ ਤੋਂ 1 ਕਰੋੜ ਰੁਪਇਆ ਲਾ ਕੇ ਇੱਕ ਵਧੀਆ ਕਬੱਡੀ ਦਾ ਸਟੇਡੀਅਮ ਬਣਾ ਕੇ ਦੇਵਾਂਗੇ। ਮੇਰਾ ਨਿਸ਼ਾਨਾ ਹੈ ਕਿ ਮੈਂ ਹਰ ਬਲਾਕ ਵਿੱਚ ਇੱਕ ਵਧੀਆ ਕਬੱਡੀ ਦਾ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਬਣਾਵਾਂ, ਕਿਉਂਕਿ ਮੈਂ ਦੇਖਿਆ ਕਿ ਬਹੁਤ ਘੱਟ ਹੋ ਜਾਂਦਾ, ਟਰੱਕਾਂ ਤੇ ਬਹਿ ਕੇ ਲੋਕੀ ਦੇਖ ਰਹੇ ਹੈ। ਸੋ ਅਸੀਂ ਨਵਾਂ ਡਿਜ਼ਾਇਨ ਸਟੇਡੀਅਮ ਦਾ ਬਣਾਇਆ ਜਿਹੜਾ ਅਸੀਂ ਹਰ ਬਲਾਕ 'ਚ ਬਣਾਇਆ ਕਰਾਂਗੇ ਤੇ ਆਪਣੇ ਨੌਜਵਾਨ ਕਬੱਡੀ ਨੂੰ ਵਧੀਆ ਦੇਖ ਸਕਣਗੇ। ਇਸ ਕਰਕੇ ਨੌਜਵਾਨੋ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੁਹਾਡੀਆਂ ਭਾਵਨਾ ਮੈਂ ਸਮਝਦਾ, ਤੁਹਾਡੀਆਂ ਮੁਸ਼ਕਲਾਂ ਸਮਝਦਾ। ਆਹ ਜਿਹੜਾ ਇਲਾਕਾ ਆ ਸਾਰਾ ਪੰਥਕ ਇਲਾਕਾ, ਤੁਸੀਂ ਮੈਨੂੰ ਬੜਾ ਪਿਆਰ ਦਿੱਤਾ, ਮੈਂ ਆਪਣਾ ਸਿਆਸੀ ਜੀਵਨ ਇਸ ਇਲਾਕੇ ਤੋਂ ਸ਼ੁਰੂ ਕੀਤਾ, ਪਹਿਲੀ ਵਾਰ ਮੈਂ ਇਲੈਕਸ਼ਨ ਲੜਿਆ ਇਸ ਇਲਾਕੇ ਤੋਂ ਲੜਿਆ, ਤੇ ਤੁਸੀਂ ਹਰ ਵਾਰ ਮੈਨੂੰ ਵੋਟਾਂ ਪਾ ਕੇ ਜਿਤਾਇਆ, ਬਹੁਤ ਮਾਣ ਦਿੱਤਾ ਤੇ ਤੁਹਾਡੇ ਨਾਲ ਮੇਰਾ ਦਿਲੋਂ ਲਗਾਇਆ। ਕਿਸੇ ਚੀਜ਼ ਦੀ ਇਸ ਇਲਾਕੇ ਦੇ ਵਿੱਚ ਕਮੀ ਨਹੀਂ ਰਹਿਣ ਦੇਣੀ, ਉਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਬਾਕੀ ਹੁਣੀ ਸਰਪੰਚ ਸਾਹਿਬ ਨੇ ਜ਼ਿਕਰ ਕੀਤਾ ਸੀ ਸ਼ਮਸ਼ਾਨ ਘਾਟ ਦੀ, ਕੋਈ ਵੀ ਪੈਸੇ ਦੀ ਲੋੜ ਹੈ 5 ਲੱਖ ਰੁਪਇਆ ਮੈਂ ਸ਼ਮਸ਼ਾਨ ਘਾਟ ਵਾਸਤੇ ਵੀ ਮੈਂ ਦੇ ਕੇ ਜਾ ਰਿਹਾ। ਬਾਕੀ ਜੋ ਮੰਗਾਂ ਹੋਣਗੀਆਂ ਸੰਗਤ ਦਰਸ਼ਨ ਅਸੀਂ ਕਰ ਲਾਂਗੇ, ਨਾਲ ਦੇ ਪਿੰਡ ਸਾਰੇ ਆਉਣਗੇ, ਜੋ ਜੋ ਤੁਸੀਂ ਕਹੋਗੇ ਅਸੀਂ ਤੁਹਾਨੂੰ ਦਿੱਤੇ ਰਹਾਂਗੇ। ਪੈਸੇ ਦੀ ਕਮੀ ਨਹੀਂ ਆਉਣ ਦਿੰਦਾ ਕਿਉਂਕਿ ਪੈਸਾ ਪੰਜਾਬ ਸਰਕਾਰ ਤੇ ਖਜ਼ਾਨੇ 'ਚ ਪੈਸਾ ਕਾਫੀ ਹੈ, ਤੇ ਅਗਲੇ ਸਾਲਾਂ 'ਚ ਅਸੀਂ ਸਾਰਾ ਹੀ ਪੰਜਾਬ ਦੀ ਤਰੱਕੀ ਤੇ ਗਰੀਬਾਂ ਵਾਸਤੇ ਤੇ ਕਿਸਾਨਾਂ ਵਾਸਤੇ ਲਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਦੋਨੋਂ ਟੀਮਾਂ ਨੂੰ ਬੇਨਤੀ ਵੀ ਲੈਣ ਖੋਜ ਕਬੀਰ ਬਾਦਲ ਦੀ ਸੋਚ ਹੈ ਦੁੱਧ ਵਰਗੀ, ਜਿਹਨੇ ਕਬੱਡੀ ਵੱਲ ਦਿੱਤਾ ਅਣਪੜ ਸਿੰਘਿਆ ਗੁਰੂ ਦੇ ਪੈਰ ਚੁੰਮੀ ਤੇ ਗਿਆਨ ਸ਼ੇਰ ਲਿਖਦਾ ਜਿਹਨੇ ਤੈਨੂੰ ਗਿਆਨ ਦਿੱਤਾ। ਆਓ ਜੀ ਅਗਲੀ ਗੱਲ ਵੱਖਰੀ।
ਬਹੁਤ ਹੀ ਮਾਨਯੋਗ ਤੇ ਸਤਿਕਾਰਯੋਗ ਪੰਜਾਬ ਦੇ ਰੋਹੇ ਰਵਾਂ, ਕਬੱਡੀ ਦੇ ਰੋਹੇ ਰਵਾਂ ਪ੍ਰਕਾਸ਼ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਪੰਜਾਬ। ਅੱਜ ਸਾਡੇ ਕੋਲ ਉਹਨਾਂ ਦੇ ਬੇਟੇ ਸਾਹਿਬ ਸੁਖਮੀਤ ਸਿੰਘ ਜੀ ਬਾਦਲ ਜੀ ਪੁੱਜ ਰਹੇ ਨੇ, ਜੋ ਕਬੱਡੀ ਦੇ ਮਸੀਹਾ ਦੇ ਤੌਰ ਤੇ ਸਾਰੀ ਦੁਨੀਆਂ ਦੇ ਵਿੱਚ ਜੋ ਹੈ ਇਹ ਸ਼ਖਸੀਅਤ ਨੇ ਬਹੁਤ ਬਣਾਇਆ ਹੈ ਕਬੱਡੀ ਦਾ। ਕਦੇ ਕਿਸੇ ਨੂੰ ਨਹੀਂ ਸਿਖਵਾ ਰਿਹਾ ਆ ਭੰਨ ਕਬੱਡੀ ਦੀ ਸਮੁੰਦਰ ਪਾਰ ਬਣ ਜਾਓ, ਥਾਂ ਥਾਂ ਤੇ ਗੂੰਜਣਗੇ ਗੀਤ ਇਹਦੇ, ਲੱਖਾਂ ਦਿਲਾਂ ਦਾ ਇਹ ਪਿਆਰ ਬਣ ਜਾਓ, ਇਹਦਾ ਵਿੱਚ ਕਰੋੜਾਂ ਦੇ ਮੁੱਲ ਪਾਓ, ਪੰਜਾਬ ਵਿੱਚ ਅਸੀਂ ਸਰਕਾਰ ਬਣ ਜਾਓ। ਕਦੇ ਕਿਸੇ ਸੋਚਿਆ ਨਹੀਂ ਜਵਾਨਾ ਟੀਵੀ ਚੈਨਲਾਂ ਦਾ ਕਬੱਡੀ ਸ਼ਿੰਗਾਰ ਬਣ ਜਾਓ। ਕਬੱਡੀ ਦੇ ਮਸੀਹ ਉਪ ਮੁੱਖ ਮੰਤਰੀ ਪੰਜਾਬ ਸਾਹਿਬ ਸੁਖਮੀਤ ਸਿੰਘ ਜੀ ਬਾਦਲ ਜੀ ਨੇ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਜੀ ਸੁਖਮੀਤ ਨੂੰ ਲੋਕਾਂ ਤੱਕ ਪਹੁੰਚਾਇਆ ਹੈ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਾਡੇ ਬਹੁਤ ਹੀ ਮਾਨਯੋਗ ਤੇ ਸਤਿਕਾਰਯੋਗ ਉਪ ਮੁੱਖ ਮੰਤਰੀ ਸਰਦਾਰ ਸੁਖਮੀਤ ਸਿੰਘ ਜੀ ਬਾਦਲ ਇਸ ਸਮੇਂ ਸਾਡੇ ਕੋਲ ਸ਼ੋਭਾ ਮੱਖਣ ਸਿੰਘ ਜੀ ਡੀਪੀ ਸਾਹਿਬ ਨਾਲ ਜਾਣ ਪਹਿਚਾਣ ਤੇ ਜ਼ਰੂਰੀ ਨੁਕਤਾ ਸਾਂਝਾ ਕਰਦੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਕਬੱਡੀ ਦੇ ਮਸੀਹਾ ਪੰਜਾਬ ਦੇ ਔਰ ਖਿਡਾਰੀਆਂ ਦਾ, ਸਾਡੀ ਮਹਿਬੂਬ ਖੇਡ ਦਾ ਦੁਨੀਆਂ ਦੇ ਵਿੱਚ ਜੋ ਹੈ ਬਹੁਤ ਮਾਣ ਵਧਿਆ। ਅੱਜ ਪਵਿੱਤਰ ਸਥਾਨ ਆਪਾਂ ਖਾਲਸਾ ਪਿੰਡਾਂ ਵਾਲਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਹੈ ਅੱਜ ਦਾ ਇਹ ਸ਼ੇਵਾ ਕਬੱਡੀ ਕੱਪ ਇਸ ਮੈਦਾਨ ਦੇ ਅੰਦਰ ਜੋ ਤੱਕ ਰਿਹਾ ਵਿਸ਼ੇਸ਼ ਤੌਰ ਤੇ ਬਹੁਤ ਹੀ ਮਾਨਯੋਗ ਤੇ ਸਾਰੀਆਂ ਸਤਿਕਾਰਯੋਗ ਸਾਡੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹਨਾਂ ਦੀ ਬਦੌਲਤ ਬਹੁਤ ਵੱਡਾ ਮਾਣ ਮਿਲਿਆ ਸਾਡੀ ਇਸ ਮਹਿਬੂਬ ਖੇਡ। ਬਹੁਤ ਹੀ ਮਾਨਯੋਗ ਤੇ ਸਤਿਕਾਰਯੋਗ ਡਿਪਟੀ ਮੁੱਖ ਮੰਤਰੀ ਸਾਹਿਬ ਸੁਖਮੀਤ ਸਿੰਘ ਬਾਦਲ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਜਨਮ ਸਥਾਨ ਰੋਡੇ ਪਿੰਡ ਸੰਤ ਬਾਬਾ ਜਗਰਾਜ ਸਿੰਘ ਜੀ ਖਾਲਸਾ ਪਿੰਡਾਂ ਵਾਲਾ ਦੇ ਇਸ ਨਗਰ ਦੇ ਵਿੱਚ ਪੁੱਜੇ ਨੇ ਕਿ ਸੱਚ ਲਈ ਲੜਿਆ ਤੇ ਸੱਚ ਲਈ ਸ਼ਹੀਦ ਹੋਇਆ, ਸੀ ਜਿਉਂਦੀ ਜਾਗਦੀ ਜ਼ਮੀਰ ਜਿਸ ਯੋਧੇ ਦੀ, ਸਿੱਖਾਂ ਤਾਈ ਰਾਜ ਸੰਘਰਸ਼ ਦੇ ਤੌਰ ਦੀ ਸੀ, ਕੀਤੀ ਹੋਈ ਇੱਕ ਤਕਰੀਰ ਜਿਸ ਯੋਧੇ ਦੀ, ਅਕਾਲ ਤਖ਼ਤ ਦੇ ਸਣੇ ਸਾਥੀਆਂ ਦੇ ਜੂਝਿਆ ਧਰਮ ਲਈ ਹੋਈ ਅਖੀਰ ਜਿਸ ਯੋਧੇ ਦੀ, ਆਖਰਾ ਜਹਾਨ ਉਹ ਜਗਰਾਜ ਸਿੰਘ ਪਿੰਡਾਂ ਦਾ, ਗੱਡੀਆਂ ਤੇ ਲੱਗੀ ਹੈ ਤਸਵੀਰ ਜਿਸ ਯੋਧੇ ਦੀ, ਗੱਡੀਆਂ ਤੇ ਲੱਗੀ ਹੈ ਤਸਵੀਰ ਜਿਸ ਯੋਧੇ ਦੀ, ਸਦੀ ਦੇ ਮੈਂ ਗੁਜ਼ਰ ਗਿਆ। ਲਓ ਸਾਹਮਣੇ ਚੱਲਦੇ ਹੋਏ ਮੈਚ ਨਾਥੇ ਜੁੜਦੇ ਆ, ਇੱਕ ਪਾਸੇ ਪਤਲੇ ਸ਼ਰੀਰ ਵਾਲਾ ਗੱਭਰੂ ਬੂਟਾ ਡੌਦਰ ਪਿੰਡ ਦਾ, ਨਿੱਕਾ ਅਖਾੜੇ ਪਿੰਡ ਵਾਲਾ ਗੱਭਰੂ ਟੱਕੇ ਮਾਰ ਕੇ ਦੌਰਾਨੋਂ ਕੱਢਣ ਦੀ ਕੋਸ਼ਿਸ਼ ਕੀਤੀ, ਬੂਟਾ ਡੌਦਰ ਵਾਲਾ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ ਅਗਲੀ ਫਾਟੀ ਫਿਰ ਰੱਖਦਾ ਚਾਰ ਦੀ ਸਾਹਮਣੇ ਕਰੇ, ਔਰ ਡੌਦਰ ਪ੍ਰਾਪ ਦੀ ਟੀਮ ਲਈ ਕੈਨੇਡਾ ਵਿੱਚ ਖੇਡਾਏ ਬੋਲੀ ਮਾਲੇ ਵਾਲਾ, ਔਰ ਬਾਬੇ ਗੁਰਦਾਸ ਸਿੰਘ ਬਿੱਲੂ ਦਾ ਪੇਂਡੂ ਪਾਲਾ ਰਾਜਿਆਂ ਦੀਆਂ, ਔਰ ਆਹ ਗੱਭਰੂ ਦਿਖਦਾ ਪਿਆ ਸੀ ਬਿੰਦਰ ਡੌਦਰ ਪਿੰਡ ਵਾਲੇ ਨੇ ਪੂਰੀ ਕੋਸ਼ਿਸ਼ ਕੀਤੀ ਪਰ ਅੰਕ ਦਿਖਦਾ ਵੀ ਹਰਜੀਤ ਪੈਰ ਪ੍ਰਵਾਸ ਕਲੱਬ ਅੱਜ ਟੀਮ ਦੇ ਉੱਤੇ ਜੁੜਦਾ ਹੈ। ਅਗਲੀ ਕਬੱਡੀ ਮੈਂ ਦੇਖ ਲਿਆ ਵੀ ਸਾਹਮਣੇ ਗੱਭਰੂ ਡੋਲੀ ਭਾਈ ਵਾਲਾ ਗੱਭਰੂ ਮਮਨਾ ਕਬੱਡੀ ਪਾ ਜਾਏ, ਔਰ ਨਾਲ ਅਸੀਂ ਧੰਨਵਾਦ ਕਰਦੇ ਹਾਂ ਜਿਹਨੇ ਵੀ ਮੀਡੀਆ ਦਾ ਸਾਡੇ ਵੀ ਪੁੱਜੇ ਦੇ ਪੱਤਰਕਾਰ ਔਰ ਟੀਵੀ ਚੈਨਲ ਵਾਲੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹਨਾਂ ਵਿੱਚ ਰਿਜੈਂਟ ਪਲਸੀ ਲੈਂਡੇ ਪੱਤਰਕਾਰ ਸਾਡੇ ਪੰਜਾਬੀ ਟ੍ਰਿਬਿਊਨ ਤੋਂ, ਭੁਪਿੰਦਰ ਸਿੰਘ ਜੀ ਖਾਲਸਾ ਪੱਤਰਕਾਰ ਅੱਜ ਦੀ ਆਵਾਜ਼ ਤੋਂ, ਔਰ ਜਗਰੂਪ ਸਿੰਘ ਜੀ ਮਹਾਰੂ ਔਰ ਨਾਲ ਅਸੀਂ ਧੰਨਵਾਦ ਕਰਦੇ ਹਾਂ ਜਗਰੂਪ ਸਿੰਘ ਜੀ ਮਹਾਰੂ ਅਜੀਤ ਤੋਂ, ਅੱਜ ਦੇ ਇਸ ਟੂਰਨਾਮੈਂਟ ਦੀਆਂ ਖਬਰਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣੀਆਂ ਇਹਨਾਂ ਦਾ ਵੀ ਬਹੁਤ ਧੰਨਵਾਦ ਜੀ। ਲਓ ਸਾਹਮਣੇ ਬਹੁਤ ਹੀ ਸ਼ਾਨਦਾਰ ਜਿਹਾ ਲਾ ਕੇ ਗੱਭਰੂ
ਨਹਿਰੀਸਾ ਬਾਬੇ ਗੁਰਦਾਸ ਸਿੰਘ ਬਿੱਲੂ ਦਾ ਪਿੰਡ ਹੈ ਔਰ ਬਾਬੇ ਨੰਜਸਰ ਨਦੀ ਨੇ ਕਬੱਡੀ ਖੇਡੀ ਆ। ਇਸ ਕਬੱਡੀ ਨੂੰ ਸਾਂਭਿਆ ਏ ਇਹਦਾ ਮੁੱਲ ਅੱਜ ਕਰੋੜਾ ਪੈ ਗਿਆ ਤੇ ਰਾਜਾ ਪਾਲਾ ਬਹੁਤ ਹੀ ਸੋਹਣਾ ਜਫਾ ਲੱਗ ਕੇ ਆਪਣੀ ਟੀਮ ਦੇ ਹਿੱਸੇ ਅੱਗ ਜੋੜਦਾ ਹੈ। ਅਗਲੀ ਕਬੱਡੀ ਮੈਂ ਸਾਹਮਣੇ ਦੇਖਦਾ ਵੀ ਗੱਭਰੂ ਸ਼ੰਕਰਾਪੁਰੀ ਕੈਡਮੀ ਵਾਲਾ ਅੱਗੇ ਵੱਧ ਕੇ ਤਾਲਾ ਬੋਲਦਾ ਹੈ। ਹਰਜਿੰਦਰ ਵੈਲੀ ਦੀ ਤਿਆਰ ਕੀਤੀ ਹੋਈ ਟੀਮ ਹੈ ਵੀ ਆ ਗਏ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਵੀਰਤਾ ਦੇ ਨਾਲ ਦੇਖੋ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜੋ ਚੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਕਬੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਕਬੱਡੀ ਦਾ ਆ ਗੱਭਰੂ ਦੀਆਂ ਜਫਾ ਲਾਏ ਕਾਕੇ ਪਿੰਡ ਵਾਲਾ ਪਿਆਰ ਦੇ ਨਾਲ ਮੋਟੂ ਕਹਿੰਦੇ ਆ ਕਾਕੇ ਪਿੰਡ ਜ਼ਿਲ੍ਹਾ ਜਗਰਾਉਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਆ ਗੱਭਰੂ ਬੇਅੰਤ ਸਿੰਘ 70 ਕਿਲੋ ਵਿੱਚ ਧੋਣ ਵਜਾਤੀ ਦੁਨੀਆ ਦੇ ਖੇਡ ਮੇਲਿਆਂ ਚ ਪੰਜਾਬ ਦੇ ਖੇਡ ਕਬੱਡੀ ਕੱਪਾਂ ਚ ਔਰ ਪਿੰਡ ਵਾਲ ਉੱਪਰ ਦੇ ਬਹੁਤ ਤਕੜੇ ਧਾਰੇ ਤੇ ਅੱਜ ਅਕੈਡਮੀਆਂ ਦੇ ਦਿਸਦਾ ਸਾਹਮਣੇ ਵਿੰਦਰ ਮਡੀਨਾ ਵਾਲੇ ਨੇ ਮੋਟਰਸਾਈਕਲ ਦੇ ਕੇ ਇਸ ਗੱਭਰੂ ਦਾ ਵੱਡਾ ਮਾਣ ਕੀਤਾ ਹੈ। ਇੱਕ ਪਾਸੇ ਪਾਲਾ ਰਾਜਿਆਂ ਦੀਆਂ ਔਰ ਦੂਸਰੇ ਪਾਸੇ ਰਾਊ ਤੇ ਪਿੰਡ ਵਾਲਾ ਗੱਭਰੂ ਬੇਅੰਤ ਸਿੰਘ ਔਰ ਛੱਡ ਮੇਰੀ ਬਾਂ ਮਿੱਤਰਾ ਔਰ ਸਾਹਮਣੇ ਦਿਸਦਾ ਵੀ ਅੰਤ ਅਗਲੀ ਕਬੱਡੀ ਜੱਸਾ ਔਰ ਨਾਲ ਹੀ ਅਗਲੇ ਟੀਮਾਂ ਨੂੰ ਬੇਨਤੀ ਵੀ ਜਲਦੀ ਗਰਾਊਂਡ ਪਹੁੰਚ ਜਾਣਾ ਅਗਲੇ ਮੈਚਾਂ ਦੀਆਂ ਨੀ ਪੀਰੀ ਕਲੱਬ ਕਪੂਰਥਲਾ ਤੇ ਨਾਲ ਹੀ ਅੰਬੀ ਐਂਡ ਅਮਨਾ ਟੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਅਗਲੇ ਮੈਚਾਂ ਦੀਆਂ ਟੀਮਾਂ ਸਾਹਮਣੇ ਦਿਖਦਾ ਦੂਸਰਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਕਦੂ ਟਾਪੇ ਪਿੰਡ ਵਾਲਾ ਪਿਆਰ ਦੇ ਨਾਲ ਮੋਟੂ ਕਹਿੰਦੇ ਆ ਚੜ੍ਹਦੀ ਕਲਾ ਕਬੱਡੀ ਕਲੱਬ ਦਾ ਜਲੰਧਰ ਠੀਕ ਹੈ ਲਓ ਸਾਹਮਣੇ ਜੱਗੀ ਗੱਭਰੂ ਜਗਾਉ ਦਾ ਏਰੀਆ ਔਰ ਮੱਖਣ ਗੋਸੀਆਂ ਵਾਲਾ ਗੱਭਰੂ ਇੱਕ ਪਾਸੇ ਬੋਨੀ ਮਾਲੇ ਵਾਲਾ ਗੱਭਰੂ ਜੋ ਜਗਾਲ ਦੀ ਟੀਮ ਦੇ ਲਈ ਅਸ ਇੱਧਰ ਵੀ ਜਗਾਲ ਬਰਾਡ ਦੇ ਮਾਲੇ ਦੀ ਟੀਮ ਲਈ ਖੇਡਾ ਗੱਭਰੂ ਕਨੇਡਾ ਵੱਡੀ ਡੋਲੀ ਭਾਈ ਇਤਿਹਾਸਕ ਪਿੰਡ ਔਰ ਕਦੇ ਦੇਖਦੇ ਵੀ ਡੋਲੀ ਭਾਈ ਬੜਾ ਨੀਨਾ ਬੜਾ ਮਸ਼ਹੂਰ ਕਹਿੰਦੇ ਤੂਤਾਂ ਤੇ ਗੁਰਜੀਤ ਤੇ ਸਾਧੋ ਕਹਿੰਦੇ ਮੱਖਣ ਨੂੰ ਕੱਲ ਦੁਨੀਆ ਜਾਣਦੀ ਯਾਰੋ ਤੁਰ ਜੋ ਭਾਵੇਂ ਮੱਖਣ ਨੂੰ ਭਾਈ ਦਾ ਨੀਨਾ ਤੇ ਸਿਕੰਦਰ ਮਾਰੀ ਦਾ ਕੱਲ ਵਾਦਾ ਪਰਵਾਨ ਤੇ ਕਾਕਾ ਕਾਰੀ ਸਾਰੀ ਦਾ ਇਹਨੇ ਜੱਤ ਬਾੜਾ ਹੀਰੇ ਪੁੱਤ ਪੰਜਾਬ ਦੇ ਤੱਤੀ ਵਾਣਾ ਲੱਗੇ ਖਿੜੇ ਰਹੇ ਨੇ ਫੁੱਲ ਗੁਲਾਬ ਦੇ ਇਹ ਫੁੱਲ ਗੁਲਾਬ ਦੇ ਦਸ਼ਮੇਸ਼ ਕਲੱਬ ਕਪੂਰਥਲਾ ਤੇ ਅੰਬੀ ਐਂਡ ਅਮਨਾ ਟੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ ਦੀ ਟੀਮ ਜਿਹੜੀ ਗਰਾਊਂਡ ਵਿੱਚ ਪਹੁੰਚੇਗੀ ਅਗਲੇ ਮੈਚਾਂ ਦੀਆਂ ਟੀਮਾਂ ਨੂੰ ਬੇਨਤੀ ਹੈ ਸਾਡੇ ਸਾਰੇ ਹੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਨੁਮਾਇੰਦੇ ਸਰਦਾਰ ਮਹੱਤਰ ਸਿੰਘ ਜੀ ਆਪਣੇ ਇਲਾਕੇ ਦਾ ਮਾਣ ਹੈ ਪਿੰਡ ਦਾ ਚਿਰਕ ਤੇ ਨਾ ਮੱਖਣ ਬਈ ਕਿਹੜੇ ਉਹ ਜਾਫੀ ਜਿਹੜੇ ਡੀਪੀ ਨੂੰ ਡੰਗਣ ਦੀ ਪਿੰਡ ਦਾ ਚਿਰਕ ਤੇ ਨਾ ਹੈ ਮੱਖਣ ਵੀ ਕਿਹੜੇ ਉਹ ਜਾਫੀ ਗਏ ਡੀਪੀ ਨੂੰ ਡੰਗਣ ਦੀ ਡੀਪੀ ਦੀ ਬੱਲੇ ਬੱਲੇ ਮੇਜਰ ਹੋਣਾ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਸਾਹਮਣੇ ਮਲਕ ਪਿੰਡ ਵਾਲਾ ਗੱਭਰੂ ਹਿੰਦਾ ਜਗਰਾਉਂ ਦਾ ਏਰੀਆ ਮਲਕ ਵਾਲਾ ਹਿੰਦਾ ਧੱਕੇ ਮਾਰ ਕੇ ਨਏ ਰਿਸਾ ਧੱਕੇ ਮਾਰ ਕੇ ਦਿਵਾਨੋਂ ਕੱਢਿਆ ਵੀ ਹਜੇ ਜੇ ਤੁਹਾਰੇ ਵਰਕਾ ਆ ਸਾਹਮਣੇ ਸਿੱਖੀ ਸਰੂਪ ਪਰੋ ਵਾਲੀ ਆ ਗੱਭਰੂ ਵੱਡੀ ਪਾ ਰਿਹਾ ਪਰੋ ਵਾਲੀ ਆ ਗਿਆਨੀ
ਕਬੱਡੀ ਪਾਉਣ ਦੇ ਹੋਇਆ ਜਗਰਾਉਂਡ ਦਾ ਏਰੀਆ ਔਰ ਕਿਸਨੇ ਦੀ ਚੜਿਆ ਹੋਇਆ ਚੇਲਾ ਹੁੰਦਿਆ ਸਰੀਰ ਦੀ ਸਿਫਤ ਕਰਾਂ ਲਾ ਕੇ ਹੱਥ ਜਾਤੀ ਨੂੰ ਕਰ ਦਿੰਦਾ ਹੈ ਪੜਾ ਹੁੰਦਿਆ ਸਰੀਰ ਦੀ ਸਿਫਤ ਕਰਾਂ ਆ ਗੱਭਰੂ ਦਿਸਦਾ ਵੀ ਦੌਦਰ ਪਿੰਡ ਵਾਲੇ ਨੇ ਪੂਰੀ ਕੋਸ਼ਿਸ਼ ਕੀਤੀ ਬਿੰਦਰ ਦੌਦਰ ਨੇ ਤੇ ਅੰਕ ਦਿਸਦਾ ਵੀ ਆ ਸਕਦੇ ਫਿਰ ਜਗਰਾਉਂਡ ਦੀ ਟੀਮ ਦੇ ਘਰੋਂ ਵਾਲੀ ਅਗਰੂ ਬੋਲਦਾ ਹੋਇਆ ਆ ਗੱਭਰੂ ਜੱਸਾ ਬਿਲਕੁਲ ਛੋਟੀ ਜਿਹੀ ਉਮਰ ਆ ਜੀ ਵੱਖਰੀ ਜੀ ਆ ਵੀਮਾ ਲੰਘਿਆ 21 ਸਾਲ ਕਰਿਆ ਜੱਸੇ ਦੀ ਕਬੱਡੀ ਪੈਂਦੀ ਆ ਵੀਮਾ ਲੰਘਿਆ 21 ਸਾਲ ਕਰਿਆ ਕੱਦ ਕੱਠ ਹੈ ਮੁੰਡੇ ਨੇ ਕਮਾਲ ਕਰਿਆ ਚੜ ਗਈ ਜਵਾਨੀ ਅੱਥਰੀ ਹੈ ਜੱਟ ਤੇ ਪਾਉਂਦਾ ਹੈ ਕਬੱਡੀ ਥਾਪੀ ਮਾਰ ਪੱਟ ਤੇ ਅੱਜ ਪਾਉਂਦਾ ਹੈ ਕਬੱਡੀ ਥਾਪੀ ਮਾਰ ਪੱਟ ਤੇ ਪੱਟਾਂ ਤੇ ਥਾਪੀਆਂ ਮਾਰਨੀਆਂ ਬੜੀਆਂ ਔਖੀਆਂ ਨਹਾਉਣ ਲੱਗੇ ਤਾਂ ਸਾਰੇ ਹੀ ਬਾਹਰ ਮਾਰ ਲੈਂਦੇ ਪਰ ਗਰਾਊਂਡ ਦੇ ਵਿੱਚ ਆ ਕੇ ਥਾਪੀ ਮਾਰਨੀ ਬੜੀ ਔਖੀ ਹੈ ਗੱਲ ਕਰਦੇ ਹਾਂ ਵੀ ਪੱਟ ਵੇਖ ਕੇ ਹਰ ਕੋਈ ਕਹਿ ਦਿੰਦਾ ਮੇਰੇ ਵਰਗਾ ਨਹੀਂ ਕੁਝ ਹਰ ਅੰਦਰ ਪੱਟ ਪੱਟ ਹੈ ਜਾਂ ਗੱਜਦੀਆਂ ਨਾਲੀਆਂ ਏ ਤੇ ਪਤਾ ਲੱਗੂ ਅੱਜ ਖੇਡ ਦੇ ਮੈਦਾਨ ਅੰਦਰ ਪਤਾ ਲੱਗੂ ਅੱਜ ਰੋਡਾਂ ਦੇ ਮੈਦਾਨ ਅੰਦਰ ਆ ਗੱਭਰੂ ਲੱਲਿਆ ਵਾਲਾ ਮੱਟਾ ਦੇਖਦਾ ਵੀ ਪੂਰੀ ਕੋਸ਼ਿਸ਼ ਕਰਦਾ ਏ ਸਾਹਮਣੇ ਭੀੜ ਰੌਕੇ ਵਾਲਾ ਗੱਭਰੂ ਬਿਆਨ ਸਿੰਘ ਦੋ ਵੀ ਕਬੱਡੀ ਖੇਡਦੇ ਆ ਬਿਆਨ ਉੱਤੇ ਬਸੰਤ ਪਰ ਬਿਆਨ ਦੇਖਦਾ ਵੀ ਬਹੁਤ ਵਧੀਆ ਕੈਨੇਡਾ ਵਿੱਚ ਖੇਡਿਆ ਏ ਸਤਰ ਦੇ ਵਰਗੇ ਮੁਕਾਬਲੇ ਚ ਬੜਾ ਤਕੜਾ ਖੇਡਿਆ ਗੱਭਰੂ ਲਓ ਅਗਲੀ ਕਬੱਡੀ ਫਿਰ ਪੈਂਦੀ ਹੋਈ ਤੇ ਨਾ ਹੀ ਮੇਰੀ ਟੀਮਾਂ ਨੂੰ ਬੇਨਤੀ ਅਗਲੇ ਮੈਚਾਂ ਦੀਆਂ ਟੀਮਾਂ ਵੀ ਗਰਾਊਂਡ ਵਿੱਚ ਪਹੁੰਚ ਜਾਣ ਲਓ ਸਾਹਮਣੇ ਅਸੀਂ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਜਿਨ੍ਹਾਂ ਦੇ ਪ੍ਰਾਂਤ ਕਬੀਰਾ ਬੂਟਾ ਸਿੰਘ ਨੰਬਰਦਾਰ ਹਰਜੀਤ ਸਿੰਘ ਸਰਪੰਚ ਬਰਾੜ ਸਾਹਿਬ ਕੁਲਦੀਪ ਸਿੰਘ ਜੀ ਪ੍ਰਧਾਨ ਜਗਤਾਰ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ ਜਗਸੀਰ ਸਿੰਘ ਜੀ ਮੈਂਬਰ ਸਾਹਿਬ ਸਤਵੰਤ ਮਨੀਲਾ ਤੇ ਪਿੰਦਰ ਡੈਰੀ ਵਾਲਾ ਔਰ ਗਮੀਸਰ ਸਾਡੇ ਵੀ ਬਿੱਟੂ ਹੋਣੀ ਵਧੀਆ ਜ਼ਿੰਮੇਵਾਰੀਆਂ ਸਾਹਮਣੇ ਨੇ ਔਰ ਪਿੰਦਰ ਏਪੀ ਸਟੂਡੀਓ ਯਾਨੀ ਜਲ ਮਾਰਕੀਟ ਹਰ ਖੁਸ਼ੀ ਦੇ ਮੌਕੇ ਤੇ ਜਿੱਤੇ ਰੱਖੋ ਡਿਜੀਟਲ ਸਟੂਡੀਓ ਆ ਏਪੀ ਡਿਜੀਟਲ ਸਟੂਡੀਓ ਯਾਨੀ ਜੈਲ ਸਿੰਘ ਮਾਰਕੀਟ ਮਾਗਾ ਪੈਣਾ ਸਾਡਾ ਵੀ ਪਿੰਦਰ ਵਾਰ ਜੀ ਵਧੀਆ ਜ਼ਿੰਮੇਵਾਰੀਆਂ ਬਹੁਤ ਸੋਹਣੀਆਂ ਫੋਟੋ ਇੱਕ ਪਾਸੇ ਪਰੋ ਵਾਲੀ ਆ ਗਿਆਨੀ ਇਹ ਰਿਸ਼ਤਾ ਜਿੱਦੋਂ ਕਿਤੇ ਆਈ ਅੱਗੇ ਆਉ ਪਿਆ ਖਾਲਸਾ ਮੁੰਡੇ ਨੂੰ ਪਿਆਰ ਦੇ ਨਾਲ ਮੋਰ ਨਹੀਂ ਕਹਿੰਦੇ ਆ ਲੰਮੇ ਕਾਲੇ ਕਰਮ ਪਾਲ ਦੇ ਪਿੰਡ ਦਾ ਗੱਭਰੂ ਖੇਡ ਪ੍ਰਮੋਟਾਂ ਦੀ ਦੁਨੀਆਂ ਦੇ ਵਿੱਚ ਲਓ ਲੰਮੇ ਕਾਲਾ ਨਿੱਕਾ ਮੋਰ ਨਹੀਂ ਇਸ ਵਕਤ ਰਿਸ਼ਤਾ ਜੀ ਮੁੰਡਾ ਕੁਹਾੜੀ ਵਿੱਚ ਲੱਭ ਪਾਉਣ ਵਾਲੀ ਗੱਲ ਬਣ ਗਈ ਹੈ ਬਹੁਤ ਹੀ ਵਧੀਆ ਆਉਂਦਾ ਜੀ ਕਹਿੰਦੇ ਕੰਮ ਫਿਰ ਜੋਰ ਲੱਗੇ ਆ ਰਹੀ ਆ ਆ ਜਾ ਜਦੋਂ ਕੁਹਾੜੀ ਵਿੱਚ ਗੱਲਾਂ ਲੱਗੇ ਆ ਰਹੀਆਂ ਫਿਰ ਆਉਂਦਾ ਨਹੀਂ ਉਹ ਕੰਮ ਜੋਰ ਅੰਨਾ ਲੱਗੇ ਆ ਰਹੀਆਂ ਔਰ ਲੱਗੇ ਰਹੀ ਜੋਧੇ ਦੀਆਂ ਲਹਿਰੀਆਂ ਲਿਖਿਆ ਵੀ ਛਾਤੀ ਮੂਹਰੇ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਣ ਦਾ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਣ ਦਾ ਤੇ ਸਿਰ ਘਰ ਚ ਹਰੇਕ ਬਣਦਾ ਪਰ ਲੱਗਦਾ ਹੈ ਪਤਾ ਜਦੋਂ ਪੈਂਦਾ ਹੈ ਗਰਾਊਂਡਾਂ ਵਿੱਚ ਬਗਾਨਿਆਂ ਨਾਲ ਵਾਹ ਹੋ ਗਿਆ ਤੇ ਲਹਿੰਦੇ ਆ ਬਗਾਨੇ ਪੁੱਤ ਫਿਰ ਢਾਜੋ ਲਹਿੰਦੇ ਆ ਬਗਾਨੇ ਪੁੱਤ ਫਿਰ ਢਾਜੋ ਗਿਆ ਅੰਬੀ ਫੂਡ ਐਂਡ ਅਮਲਾ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦਸ਼ਮੇਸ਼ ਕਬੱਡੀ ਕਲੱਬ ਕਪੂਰਥਲਾ ਦੋਨੋਂ ਟੀਮਾਂ ਨੂੰ ਪਹੁੰਚੋ ਅਗਲੇ ਮੈਚਾਂ ਦੀਆਂ ਟੀਮਾਂ ਇੱਕ ਵਾਰ ਅਸੀਂ ਸਾਰੇ ਜੋ ਵੀ ਪ੍ਰਬੰਧਕ ਹੈ ਸਾਰਿਆਂ ਦਾ ਵੱਡਾ ਧੰਨਵਾਦ ਕੀਤੀ ਵੱਲੋਂ ਔਰ ਹਾਫ ਸਮਾਈ ਔਰ ਅਗਲੀਆਂ ਟੀਮਾਂ ਨੂੰ ਬੇਨਤੀ ਵੀ ਗਰਾਊਂਡ ਵਿੱਚ ਫਾਈਨਲ ਦੀਆਂ ਵੀ ਆਪਣੇ ਪਿੰਡਾਂ ਦੀਆਂ ਟੀਮਾਂ ਤਿਆਰੀ ਕੀਤੀ ਮਿਲ ਗਏ ਉਹਨਾਂ ਦਾ ਵੀ ਮੈਚ ਹੋਵੇਗਾ ਮੱਲ ਆਪਣੇ ਰੋਡਿਆਂ ਦਾ ਪਾਦੀ ਕਬੱਡੀ ਜੱਸਾ ਬਿਲਕੁਲ ਛੋਟੀ ਉਮਰ ਜੱਸਾ ਅੱਜ ਜਸਵੀਰ ਸੀਰਾ ਜਸਵੀਰ ਸਿੰਘ ਸੀਰਾ ਪਲੀਜ਼ ਸਟੇਜ ਤੇ ਆਓ ਜੱਸਾ
लो आ देखते भी गबरू हिंदा मलक पेंड जगराओं का एरिया बहुत ही बढ़िया जैसा लाग गया अपनी टीम के उससे हिंदा मलक बड़ा हरजीत नायर तलवार क्लब जगरा कबड्डी एसोसिएशन के प्रधान उन्होंने तैयार की हुई टीम है ना उस सामने फिर अगली कबड्डी पाउंड होया गबरू जगरावा वालों और चार जाती सामने दिखता फिर गबरू भरता लक का कलावा जाती बल्ले फिर धारी मार दो राजे दिया पाला दुनिया का स्टार जाती बन गया थोड़ी उम्र छोटी उम्र मल्ला मारते ने वड्डिया चौंकते ने बूढ़िया खेलते वड्डिया पंडित राजे दी ने बहुत तगड़ी कबड्डी खेली है और गुरप्रीत मान राजे दी अंगलैर के बहुत तगड़ा खेडा है साझा के बहुत तगड़ा गाँव खेडा है ना उस सामने फिर आप देखता भी हिंदा मलकोला कहरवान हो गया नए रिस्सा उन्हें कटी भाइया की गाल कि मैं सस गोटा थले ले बहुत ही सोना जफा लाते मलकोला हिंदा छे जफे मलक वाले हिंदे हो चुके साडा दिस कले कले जफे कले कले कबड्डी कापी से छापता है आज साडा दिस सजी एक पासे देखता भी ज्ञानी साडा रजीत सिंह जी ज्ञानी यार मारे दिसना दूजे पासे सहजी भी कले कले जफे उत्ते कली कली कबड्डी कापी से छापता है आओ सामने फिर निका मोरनी कहने लंघे के पिंडा मुंडेरा एक पासे राउत के जिला मोगे के दोनों खिलाड़ी है राउत वाला बेअंत नए रिस्सा गुंडिया शरीर सिर तकरा ला के हाथ जाती कर दिता है परा गुंडिया शरीर सिर तकरा आज सामने देखता भी डोली भाई पिंड इतिहासक पिंड है सदे कमाल शहर श्री गुरु हरगोबिंद साहब जी उन्हों की चरण छो प्राप्त करती आज देखता भी डोली वाला गबरू आज गबरू दिखता भी पूरा पूरी कोशिश कर रहा है पूरा पर अपन जफा नहीं ला सकिया अंक अपनी टीम के हिस्से जुड़ा हुआ अंक शंकरापुरी अकेडमी के हिस्से जुड़ा हुआ पावी सोना कबड्डी फिर देखता है अगे बढ़ते कबड्डी पाती गबरू ने और मल्लो मल्ली याद आने की गल बनती है सारा ही पंजाब अज कहे एक तारके सारा ही पंजाब अज कहे एक तारके बाजे खाने वाले मैं वेखे कोई बन के बलिए तलेरा तेरी बाजी मारी बड़ी है ना लेके तेरा मुंडे खेर दे कबड्डी है ना लेके मुंडे तेरा खेर दे कबड्डी है लो बल्ले बल्ले होगी जी एस पर दिखता भी तीस किरदा समा भी आते रात मुंडे ने दिल को दी फौजिया ने दोस्ती में गोल करता मार दो तारी हाँ एक पास करो भाई मत बाजगा मत गबरू लल्या वाला गबरू है लल्ले पिंड लो सामने दिखता फिर गबरू आओ दूसरी कबड्डी की गल बहुत ही शानदार जफा इस वक्त टोक्या वाला गबरू हाँ टोक्या वाला मोटू वाह जी वाह बड़ा प्यारा ना है एक बड़ी अगली कबड्डी फिर दिखता भी जगह वालों गबरू कबड्डी कबड्डी करना हो कले कले मोटी पूरी है अपने भी कबड्डी आम माले पंजोला गबरू निराशा प्रार्था चेता खिलाड़ी कहंगा वाजी वा नए रिस्सा मारो तारी माले वाला गबरू बोली गवाधी पिंड अपने बहुत ही सोना जफा ला के अंक अपनी टीम के हिस्से जोड़ रहा है लो बड़े
ਇਹ ਮਾਰਕ ਉੱਤੇ ਜਾਣਗੇ ਸਾਡਾ ਵੀ ਸਤਵੰਤ ਮਨੀਰ ਵਾਲਾ ਕਹਿੰਦਾ ਆਪਾਂ ਦੋਸਤਾਂ ਦੀ ਵਰਖਾ ਕਰਦੇ ਨਹੀਂ ਹੈ ਇਹਨਾਂ ਦੇ ਵੀਰ ਰੰਗੀ ਰਹਿ ਵਸਦੇ ਜਿਨ੍ਹਾਂ ਨੇ ਦਿਲ ਖੋਲ ਕੇ ਸਾਨੂੰ ਹੈ ਦਾਨ ਦਿੱਤਾ ਆਹ ਸਾਨੂੰ ਵਿਦੇਸ਼ਾਂ ਵਿੱਚ ਬੈਠਿਆ ਤੇ ਪੂਰਾ ਮਾਣ ਆ ਹਰ ਕਦੇ ਵੀ ਵੱਡੇ ਮਾਣ ਦਿੱਤੇ ਇਸ ਟੂਰਨਾਮੈਂਟ ਕਮੇਟੀ ਨੂੰ ਸਾਰੇ ਵੀਰਾਂ ਨੇ ਮੱਖਣ ਸਿੰਘ ਜੀ ਇੰਗਲੈਂਡ ਵਾਲੇ ਬੈਠੇ ਨੇ ਵੱਡੀ ਸੇਵਾ ਕਰਦੇ ਨੇ ਜਤਿੰਦਰ ਸਿੰਘ ਜੀ ਖਾਲਸੇ ਵੱਲੋਂ ਬਹੁਤ ਵੱਡੀ ਸੇਵਾ 40,000 ਰੁਪਿਆ ਦਿੱਤਾ ਗਿਆ ਇਸ ਟੂਰਨਾਮੈਂਟ 'ਚ ਔਰ ਸਰਪੰਚ ਸਰਦਾਰ ਹਰਚਰਨ ਸਿੰਘ ਜੀ ਬਾਦਸ਼ਾਹ ਲਾਈਆਂ ਨੇ 10,000 ਰੁਪਿਆ ਦੇ ਨਾਲ ਹੀ ਵੱਡੀ ਸੇਵਾ ਜਿਹੜੀ ਇਸ ਟੂਰਨਾਮੈਂਟ ਦਿੱਤੀ ਹੈ ਬਾਈ ਬਲਦੇਵ ਸਿੰਘ ਜੀ ਸਰਕਲ ਪ੍ਰਧਾਨ ਲਾਈਆਂ ਨਾ ਪਾਰਾ ਸਿੰਘ ਜੀ ਮੈਂਬਰ ਸਾਡੇ ਅੰਕਲ ਜੀ ਬੈਠੇ ਨੇ ਔਰ ਵਿਸਤਰ ਜੀ ਸਾਹਮਣੇ ਫਿਰ ਕਬੱਡੀ ਪੈ ਚੁੱਕੀ ਔਰ ਸਾਹਮਣੇ ਪਾਲਾ ਰਾਜਿਆਂ ਦੀਆਂ ਫਿਰ ਹੁੰਦਾ ਇੱਕ ਕਹਿਰਵਾਨ ਪੰਡਿਤ ਰਾਜਿਆਂ ਦੀਆਂ ਨੂੰ ਔਰ ਬਿੱਲੂ ਬਾਬੇ ਨੂੰ ਕਹਿੰਦੇ ਬੱਲੇ ਬੱਲੇ ਕਰਵਾਉਣਾ ਗੱਭਰੂ ਨਹੀਂ ਰਿਸ਼ਤਾ ਪਰ ਪਾਸੇ ਹਟ ਜਾਵੇ ਬਾਬੂ ਗੱਡੀ ਆ ਗਈ ਸਟੇਸ਼ਨ ਤੇ ਤੇ ਮੈਨੂੰ ਮਾਹੀਆ ਵੇਖਣ ਦੇ ਤੇ ਮੈਨੂੰ ਤੁਰਾ ਦੇਖਣ ਦੇ ਅੰਬੀ ਥੂਰਾ ਇੰਟਰਨੈਸ਼ਨਲ ਕਲੱਬ ਮੋਗਾ ਬੇਤੀ ਦੀ ਟੀਮ ਜਲਦੀ ਗਰਾਊਂਡ ਪਹੁੰਚੇ ਅੰਬੀ ਥੂਰ ਇੰਟਰਨੈਸ਼ਨਲ ਕਲੱਬ ਮੋਗੇ ਦੀ ਟੀਮ ਜਿਹੜੀ ਉਹ ਜਲਦੀ ਗਰਾਊਂਡ ਪਹੁੰਚੇ ਸਰਦਾਰ ਮੱਖਣ ਸਿੰਘ ਜੀ ਡੀਪੀ ਸਾਹਿਬ ਦੀ ਟੀਮ ਹੈ ਆਹ ਸਾਹਮਣੇ ਦੇਖਦਾ ਫਿਰ ਗੱਭਰੂ ਪੂਰਾ ਜ਼ੋਰ ਲਾ ਰਿਹਾ ਹੈ ਇੱਕ ਪਾਸੇ ਮੈਂ ਦੇਖਦਾ ਵੀ ਪੂਰਾ ਪਰੋ ਵਾਲੀਆ ਪੂਰਾ ਗੱਭਰੂ ਮਿਲਦਾ ਵੀ ਆ ਸਕ ਗਿੱਤੇ ਫੜ ਲੈ ਬੱਲੇ ਬੱਲੇ ਹੋਊਗੀ ਨਹੀਂ ਰਿਸ਼ਤਾ ਬੱਲੇ ਬੱਲੇ ਹੋਊਗੀ ਯਾਰੋ ਗੱਭਰੂ ਦਲੇਰਾਂ ਦੀ ਖੇਡ ਹੈ ਕਬੱਡੀ ਯਾਰੋ ਮਾਂ ਦੇ ਬੱਬਰ ਸ਼ੇਰਾਂ ਦੀ ਬੱਲੇ ਬੱਲੇ ਹੋਊਗੀ ਯਾਰੋ ਗੱਭਰੂ ਦਲੇਰਾਂ ਦੀ ਹੈਲੋ ਇੱਕ ਮਿੰਟ ਸੋ ਨਾਲ ਦੀ ਨਾਲ ਜਿਹਨਾਂ ਗੁਰਮੁਖ ਪਿਆਰਿਆਂ ਨੇ ਇਸ ਟੂਰਨਾਮੈਂਟ ਕਮੇਟੀ ਨੂੰ ਹੌਸਲਾ ਅਫਜਾਈ ਕੀਤੀ ਹੈ ਲਾਇਕ ਸੇਵਾ ਦਿੱਤੀ ਹੈ ਉਹਨਾਂ ਦੇ ਵੀ ਸਨਮਾਨ ਕੀਤੇ ਜਾਣੇ ਨੇ ਤੇ ਉਸ ਤੋਂ ਪਹਿਲਾਂ ਜਿਸ ਮਹਾਨ ਸੂਰਬੀਰ ਸੰਤ ਯੋਧੇ ਦੀ ਯਾਦ ਵਿੱਚ ਟੂਰਨਾਮੈਂਟ ਹੋ ਰਿਹਾ ਉਹਨਾਂ ਦੇ ਲੱਖ ਦੇ ਜਿਗਰ ਸੁਪੁੱਤਰ ਸਰਦਾਰ ਈਸ਼ਰ ਸਿੰਘ ਜੀ ਉਹਨਾਂ ਨੂੰ ਸਮੁੱਚੀ ਹੀ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦਿੱਤਾ ਜਾ ਰਿਹਾ ਭਾਈ ਈਸ਼ਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆ ਕੇ ਆਪਣਾ ਸਨਮਾਨ ਚਿੰਨ੍ਹ ਲੈਣ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਟੀਵੀ ਚੈਨਲ ਵਾਲੇ ਵੀਰ ਜੀ ਤੇ ਸਾਰੇ ਯੂਰਪ ਦੇ ਮੁਲਕਾਂ ਵਿੱਚ ਦਿਖਾ ਰਹੇ ਨੇ ਗੁਰਪ੍ਰੀਤ ਸਿੰਘ ਜੀ ਪ੍ਰੈਸ ਇਹ ਪ੍ਰੈਸ ਸਾਡੇ ਕੋਲ ਪਹੁੰਚੇ ਹੋਏ ਨੇ ਬਹੁਤ ਮਿਹਰਬਾਨੀ ਜੀ ਸਿੱਖ ਚੈਨਲ ਜਿਹੜਾ ਚੱਲਦਾ ਆਪਣਾ ਟੀਵੀ ਤੇ ਔਰ ਸਾਰੇ ਯੂਰਪ ਦੇ ਦਿਖਾਇਆ ਜਾਂਦਾ ਹੈ ਔਰ ਪੰਜਾਬ ਦੀ ਨਾਲ ਪੰਜਾਬ ਲੜਾਈ ਬੰਨ ਤੇ ਸ਼ਾਮਲ ਹੋਏ ਇਸ ਵੇ ਮੈਚਾਂ ਦੇ ਰਿਹਾ ਜੀ ਸ਼ਹੀਦ ਭਾਈ ਜਗਰੂਪ ਸਿੰਘ ਭਾਈ ਕੁਲਵੰਤ ਸਿੰਘ ਦੇ ਪਰਿਵਾਰ ਵੱਲੋਂ ਕਮੇਟੀ ਨੂੰ ਸੱਦਾ ਸਿੰਘ ਵਾਲੇ ਤੋਂ ਕਮੇਟੀ ਨੂੰ 5,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਬਹੁਤ ਸੁਨਾਲ ਦੀ ਨਾਲ ਰਸਤੇ ਨੂੰ ਮੈਂ ਧੰਨਵਾਦ ਕਰਾਂ ਸਾਡੇ ਦੇ ਬਿੱਟੂ ਜੀ ਜੋ ਵਧੀਆ ਜ਼ਿੰਮੇਵਾਰੀਆਂ ਸਾਹਮਣੇ ਨੇ ਕੈਮਰੇ ਵਾਲਾ ਉੱਪਰ ਕਬੱਡੀ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲੇ ਦੇ ਪੁਆਇੰਟ ਆ 25 ਪੁਆਇੰਟ ਸ਼ੰਕਰਾਪੁਰੀ ਅਕੈਡਮੀ ਸਾਧੂਵਾਲੇ ਦੇ ਆ ਔਰ ਹਰਜੀਤ ਐਂਡ ਤਲਵਾਰ ਕਲੱਬ ਜਗਰਾਓ ਇਸ ਦੇ ਪੁਆਇੰਟ ਆ 40 ਪੁਆਇੰਟ ਆ ਜੀ ਹਰਜੀਤ ਐਂਡ ਤਲਵਾਰ ਕਲੱਬ ਦੇ 40.5 ਕਹਾਂ ਦਾ 40.5 ਪੁਆਇੰਟ ਆ ਹਰਜੀਤ ਐਂਡ ਤਲਵਾਰ ਕਲੱਬ ਦੇ ਇਸ ਮੈਚ ਚ ਹਰਜੀਤ ਕੈਮਰੇ ਵਾਲਾ ਦਾ ਬਹੁਤ ਹੀ ਹਾਜ਼ਰੀ ਦਾ ਬਹੁਤ ਵਧੀਆ ਜੋਰ ਜੀ ਫਸਟ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾੜੀਆਂ ਮਾਰਦੇ ਜਵਾਨੋ ਮਾਰਦੇ ਤਾੜੀਆਂ ਇੱਕ ਵਾਰੀ ਜ਼ੋਰਦਾਰ
ਸੋਖਰ ਦਾਸੇ ਵਾਲੇ ਦੀ ਪਹਿਲੀ ਕਬੱਡੀ ਪੈ ਚੁੱਕੀ ਮੈਦਾਨ ਦੇ ਵਿੱਚ ਆਉਂਦੀ ਅਮਰਾ ਹੱਥੋਂ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ ਦੀ ਟੀਮ ਦਾ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦਾ ਗੁਰਪ੍ਰੀਤ ਸਿੰਘ ਕੋਸ਼ਿਸ਼ ਕਰਦਾ ਹੋਇਆ ਗੋਭੀ ਆਖਰੇ ਤਿਆਰ ਦੇ ਵਾਲੀ ਸੁਣਾ ਜਵਾਨ ਨੂੰ ਪਰ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਆਹ ਖਿਡਾਰੀ ਦਾ ਕਹਿੰਦੇ ਵੀ ਤੋਤਾ ਸਿੰਘ ਵਾਲਾ ਪਿੰਡ ਹੈ ਗੋਦੀਸੇ ਖਾਂ ਦਾ ਏਰੀਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਸੁੱਖਾ ਆਖਰੇ ਪਿਆਰ ਦੇ ਨਾਲ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦੇ ਵਾਸਤੇ ਖੇਡਦਾ ਔਰ ਰਾਜਵੀ ਰਾਜੂ ਕਬੱਡੀ ਕਲੱਬ ਜਿਹੜੀ ਕੈਨੇਡਾ ਦੇ ਵਿੱਚ ਖੇਡਿਆ ਨਾਲ ਸੁੱਖਾ ਬੜਾ ਫਾਸਟ ਖਿਡਾਰੀ ਹੈ ਬੜਾ ਤੇਜ਼ ਖਿਡਾਰੀ ਵਿਸ਼ੇਸ਼ ਕਬੱਡੀ ਕਲੱਬ ਕਪੂਰਥਲਾ ਦੇ ਬਾਬਾ ਨਾਨਕ ਸਹਿਜ ਵਾਲੀ ਅਬਿੰਦਰ ਹੋਣਾ ਦੀ ਸਰੂਪੇ ਹੋਣਾ ਦੀ ਟੀਮ ਹੈ ਦੂਸਰੇ ਪਾਸੇ ਮੱਖਣ ਸਿੰਘ ਦੀ ਬੀਬੀ ਸਾਹਿਬ ਹੋਣਾ ਦੀ ਟੀਮ ਦੇ ਖਿਡਾਰੀ ਮੈਦਾਨ ਦੇ ਵਿੱਚ ਦੇਖ ਰਹੇ ਨੇ ਗੁੱਕਣ ਵਾਲੀ ਗੱਲ ਕਰਦੇ ਹੋਏ ਸੋ ਜਿੱਤ ਦੇ ਨਿਸ਼ਾਨ ਸਭ ਦੇ ਝੰਡੇ ਪਹਿਲਾ ਵਾਰ ਕਲਮਾ ਨਾ ਪਿੱਛੋਂ ਵਾਰ ਖੰਡੇ ਦਲ ਚਾਰ